ਹੁਣ ਖਬਰਾਂ ਵਿਸਥਾਰ ਨਾਲ ਵੀਆਈਪੀ ਕਲਚਰ ਖਾਸ ਕਰ ਲਾਲ ਬੱਤੀ ਦੇ ਖਾਤਮੇ ਲਈ ਪੰਜਾਬ ਤੋਂ ਚੱਲੀ ਲਹਿਰ ਪੂਰੇ ਦੇਸ਼ ਵਿੱਚ ਫੈਲ ਗਈ ਹੈ ਕੇਂਦਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਦਾ ਕੋਈ ਵੀ ਮੰਤਰੀ ਤੇ ਅਫਸਰ ਆਪਣੀ ਗੱਡੀ ਤੇ ਲਾਲ ਬੱਤੀ ਨਹੀਂ ਲਗਾ ਸਕੇਗਾ ਕਾਬਲੇ ਗੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਤੇ ਅਫਸਰਾਂ ਦੀਆਂ ਗੱਡੀਆਂ ਤੇ ਲਾਲ ਬੱਤੀ ਲਾਉਣ ਦੀ ਮਨਾਹੀ ਕੀਤੀ ਸੀ ਇਸ ਮਗਰੋਂ ਉੱਤਰ ਪ੍ਰਦੇਸ਼ ਸਰਕਾਰ ਨੇ ਵੀ ਲਾਲ ਬੱਤੀ ਕਲਚਰ ਬੰਦ ਕਰਨ ਦਾ ਐਲਾਨ ਕੀਤਾ ਸੀ ਹੋਰ ਸੂਬਿਆਂ ਵਿੱਚ ਵੀ ਅਜਿਹੀ ਮੰਗ ਉੱਠ ਰਹੀ ਹੈ ਇਸੇ ਨੂੰ ਧਿਆਨ ਵਿੱਚ ਰੱਖਦਿਆਂ ਮੋਦੀ ਸਰਕਾਰ ਨੇ ਵੀ ਇਸ ਫੈਸਲੇ ਨੂੰ ਅਪਣਾ ਲਿਆ ਕੇਂਦਰੀ ਕੈਬਨਿਟ ਨੇ ਇਸ ਫੈਸਲੇ ਤੇ ਮੋਹਰ ਲਾ ਦਿੱਤੀ ਹੈ ਇਹ ਫੈਸਲਾ 1 ਮਈ ਤੋਂ ਲਾਗੂ ਕੀਤਾ ਜਾਵੇਗਾ ਉਂਝ ਕੇਂਦਰ ਨੇ ਸੂਬਿਆਂ ਵਿੱਚ ਇਹ ਫੈਸਲਾ ਲਾਗੂ ਕਰਨਾ ਉੱਥੋਂ ਦੀਆਂ ਸਰਕਾਰਾਂ ਤੇ ਹੀ ਛੱਡ ਦਿੱਤਾ ਯੂਜ਼ ਆਫ ਰੈੱਡ ਵਾਈਟ ਐਂਡ ਬਲੂ ਲਾਈਟਸ ਕੇ ਸਾਥ और इसमें सब रूल 1 और उसका सब रूल 3 दैट इज 108 इन ब्रैकेट 1 इन ब्रैकेट रोमन 3 वो रूल ये कहता है कि कुछ कैटेगरीज ऑफ व्हीकल्स हैं हाई डिग्निटरीज के जिनको केंद्र सरकार या राज्य सरकार स्पेसिफाई कर सकती है वो लोग रेड लाइट अपने व्हीकल्स पे लगा सकते हैं सो अ रेड लाइट कैन बी कैरीड ऑन व्हीकल्स ऑफ सर्टन हाई डिग्निटरीज हु आर स्पेसिफाइड बाय द सेंट्रल गवर्नमेंट एंड द स्टेट गवर्नमेंट ये सेंट्रल रूल है और केंद्र सरकार संशोधन करके इस रूल को रूल बुक से हटा रही है।